ਜੀਤਕੌਰ ਟੀਵੀ ਦੇਖਣਵਾ ਜਾਂਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਆਂ ਜੀਤਕੌਰ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਬਹੁਤ ਦਿਨਾਂ ਦੇ ਬਾਅਦ ਬਹੁਤ ਹੀ ਪਰੇਸ਼ਾਨ ਹੋ ਕੇ ਵੀਡੀਓ ਬਣਾ ਰਹੀ ਆਂ ਵੀਡੀਓ ਦਾ ਟਾਪਿਕ ਇਹੀ ਹੈ ਕਿ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਮੈਂ ਪੰਜਾਬੀ ਚ ਵੀਡੀਓ ਬਣਾ ਰਹੀ ਆਂ ਤਾਂ ਬੇਸਿਕਲੀ ਪੰਜਾਬੀ ਲੋਕਾਂ ਲਈ ਹੀ ਬਣਾ ਰਹੀ ਆਂ ਤਾਂ ਮੇਰੇ ਦਿਲ 'ਚ ਐਨਾ ਦਰਦ ਹੈ ਕਿਉਂਕਿ ਮੇਰਾ ਇੱਕ ਮਕਸਦ ਸੀਗਾ ਇੱਕ ਮੇਰੀ ਸੋਚ ਸੀਗੀ ਕਿ ਸਾਰਿਆਂ ਨੂੰ ਅਵੇਅਰ ਕਰਵਾਣਾ ਹੈ ਪ੍ਰੋਪਰ ਇਮੀਗ੍ਰੇਸ਼ਨ ਦੇ ਰੂਲਸ ਐਂਡ ਰੈਗੂਲੇਸ਼ਨ ਲਈ ਤਾਂ ਕਿ ਉਹਨਾਂ ਨੂੰ ਏਜੰਟ ਠੱਗਣ ਨਾ ਉਹਨਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਮਿਲੇ ਤਾਂ ਕਿ ਉਹ ਆਪਣਾ ਪ੍ਰੋਸੈਸ ਲੀਗਲੀ ਕਰ ਸਕਣ ਪਰ ਬਹੁਤ ਹੀ ਸ਼ਰਮ ਦੀ ਗੱਲ ਹੈ 3 ਸਾਲ ਤੋਂ ਮੈਂ ਲਗਾਤਾਰ ਇਹ ਕੰਮ ਕਰ ਰਹੀ ਹਾਂ ਐਂਡ ਮੈਨੂੰ ਅੱਜ ਵੀ ਪਹਿਲੇ ਤੋਂ ਜ਼ਿਆਦਾ ਕੇਸਸ ਇਦਾਂ ਦੇ ਸਾਹਮਣੇ ਆ ਰਹੇ ਆ ਕਿ ਨਕਲੀ ਵਿਆਹ ਕਰਾ ਕੇ ਜਿਸ ਕੁੜੀ ਦੇ ਆਇਲਸ ਬੈਂਡ ਆ ਜਾਂਦੇ ਨੇ ਜਾਂ ਪਰੇਟੇ ਸ਼ਿਆਰ ਹੈ ਜਿਹੜੀ ਔਰ ਕੈਨੇਡਾ ਜਾਣਾ ਚਾਹੁੰਦੀ ਹੈ ਤਾਂ ਮੁੰਡੇ ਵਾਲੇ ਉਹਨਾਂ ਦੇ ਕੁੜੀਆਂ ਦੇ ਨਾਲ ਕੰਟਰੈਕਟ ਟਾਈਪ ਦੀ ਮੈਰिज ਜਿਹੜੀ ਕਰ ਲੈਂਦੇ ਐ ਇੱਥੇ ਮੈਂ ਅੱਜ ਤੁਹਾਨੂੰ ਕਲੀਅਰ ਕਰਦਾ ਮੈਂ ਗੱਲ ਉਹਨਾਂ ਦੀ ਕਰ ਲਈਆਂ ਕਰ ਰਹੀਆਂ ਜੋ ਕਿ ਬਹੁਤ ਹੀ ਜ਼ਿਆਦਾ ਕੇਸਸ ਨੇ ਪੰਜਾਬ ਦੇ ਹਰ ਇੱਕ ਮੀਡੀਆ ਵਿੱਚ ਹਰ ਟੀਵੀ ਚੈਨਲ 'ਚ ਆ ਰਹੇ ਨੇ ਔਰ ਉਹ ਕੇਸਸ ਉਹੀ ਕੇਸਸ ਨੇ ਆਈਐਲਸ ਦੇ ਬੈਂਡ ਆਨ ਦੇ ਬਾਅਦ 'ਚ ਕੁੜੀ ਨਾਲ ਵਿਆਹ ਕਰਕੇ ਕੈਨੇਡਾ ਜਾਣ ਦੇ ਚੱਕਰ ਦੇ ਵਿੱਚ ਮੁੰਡੇ ਵਾਲਿਆਂ ਨੇ 38 ਲੱਖ 40 ਲੱਖ 50 ਲੱਖ ਰੁਪਏ ਤੱਕ ਖਰਚ ਕੀਤੇ ਨੇ ਐਂਡ ਉੱਥੇ ਜਾਣ ਦੇ ਬਾਅਦ ਚ ਕੁੜੀਆਂ ਜਿਹੜੀਆਂ ਨੇ ਮੁੰਡਿਆਂ ਨੂੰ ਨਹੀਂ ਲੈ ਕੇ ਜਾ ਰਹੀਆਂ ਐਂਡ ਕੁਝ ਤਾਂ ਸ਼ਰਮ ਦੀ ਗੱਲ ਇਹ ਹੈ ਕਿ ਉੱਥੇ ਜਾਣ ਦੇ ਬਾਅਦ ਚ ਕੁੜੀਆਂ ਮੁੰਡਿਆਂ ਤੱਕ ਪਹੁੰਚੀਆਂ ਨਹੀਂ ਐ ਜਾਂ ਫਿਰ ਕੁੜੀਆਂ ਮੁੰਡੇ ਨੂੰ ਮੰਗਾ ਨਹੀਂ ਪਾ ਰਹੀਆਂ ਉੱਥੇ ਜਾ ਕੇ ਉਹਨਾਂ ਦਾ ਸੁਭਾਅ ਬਦਲ ਗਿਆ ਉਹਨਾਂ ਦਾ ਨੇਚਰ ਬਦਲ ਗਿਆ ਉਹਨਾਂ ਦੀ ਸੋਚ ਬਦਲ ਗਈ ਕਿਉਂਕਿ ਆਲਰੇਡੀ ਕੈਨੇਡਾ ਚ ਪਹੁੰਚ ਗਏ ਤਾਂ ਕੁਝ ਨਹੀਂ ਕਰ ਸਕਦੇ ਇੰਡੀਆ ਦੇ ਕਾਨੂੰਨ ਉਹਨਾਂ ਦੇ ਉੱਤੇ ਕਿਉਂਕਿ ਅਗਰ ਕੋਈ ਤਮਕੀ ਜਾਂ ਤੁਸੀਂ ਇਦਾਂ ਦੀ ਕੋਈ ਹਰਕਤ ਕਰਦੇ ਹੋ ਤਾਂ ਉਸ ਚੀਜ਼ ਤੇ ਵੀ ਉਹਨਾਂ ਨੂੰ ਜਿਹੜੀ ਉੱਥੇ ਪੋਲੀਟੀਕਲ ਅਸਾਇਲਮ ਦੇ ਬਹੁਤ ਜ਼ਿਆਦਾ ਕੇਸ ਬਣ ਜਾਂਦੇ ਨੇ ਕਿ ਇਸ ਬੱਚੇ ਨੂੰ ਇਸ ਬੰਦੇ ਨੂੰ ਇਸ ਕੁੜੀ ਨੂੰ ਇੰਡੀਆ ਦੇ ਵਿੱਚ ਬਹੁਤ ਖਤਰਾ ਹੈ ਐਂਡ ਇਸ ਬੇਸ ਤੇ ਹੋਰ ਵੀ ਟੋੜੇ ਬੱਚੇ ਦੇ ਕੇਸਸ ਬਹੁਤ ਜ਼ਿਆਦਾ ਅਗੇਨਸਟ ਹੋ ਜਾਂਦੇ ਨੇ ਕਿ ਇਹ ਉੱਥੇ ਜਾ ਕੇ ਉਹਨੂੰ ਨੁਕਸਾਨ ਪਹੁੰਚਾਏਗਾ ਤਾਂ ਉਥੋਂ ਕੰਪਲੇਂਟ ਅਗਰ ਕੁੜੀ ਕਰ ਦਿੰਦੀ ਹੈ ਕਿ ਇਸ ਬੰਦੇ ਤੋਂ ਸਾਨੂੰ ਮੈਨੂੰ ਖਤਰਾ ਹੈ ਤਾਂ ਉਹਦੇ ਫੈਮਿਲੀ ਤੋਂ ਖਤਰਾ ਹੈ ਤਾਂ ਉਹਨੂੰ ਉਥੇ ਸਹਲਮ ਮਿਲ ਸਕਦੀ ਹੈ ਪਲੱਸ ਤੁਹਾਡੇ ਬੱਚਾ ਪਰਮਨੈਂਟ ਉਸ ਕੰਟਰੀ 'ਚ ਜਾਣ ਤੋਂ ਬੈਨ ਹੋ ਸਕਦਾ ਹੈ ਐਂਡ ਦੂਸਰੀ ਇੱਕ ਗੱਲ ਹੈ ਕਿ ਜਿਸ ਧਰਤੀ 'ਤੇ ਗੁਰੂਆਂ ਤੇ ਪੀਰਾਂ ਨੇ ਜਨਮ ਲਿਆ ਉਸ ਧਰਤੀ 'ਤੇ ਵਿਆਹ ਵਰਗੇ ਪਵਿੱਤਰ ਤੇ ਪਾਕ ਸ਼ਬਦ ਦਾ ਜੋ ਨੁਕਸਾਨ ਕਰ ਰਹੇ ਨੇ ਇੱਕ ਵਿਸ਼ਵਾਸ ਘਾਤ ਕਰਰੇ ਨੇ ਬਾਹਰ ਦੀਆਂ ਗਵਰਨਮੈਂਟਾਂ ਦੇ ਨਾਲ ਜਿਨ੍ਹਾਂ ਨੇ ਸਾਨੂੰ ਇਹ ਪਰਮਿਸ਼ਨ ਦਿੱਤੀ ਕਿ ਅਸੀਂ ਆਪਣੀ ਕੰਟਰੀ ਛੱਡ ਕੇ ਉਹਨਾਂ ਦੀ ਕੰਟਰੀ ਦੇ ਵਿੱਚ ਸਟੱਡੀ ਕਰਨ ਲਈ ਜਾਈਏ ਸਟੱਡੀ ਕਰਨ ਤੋਂ ਬਾਅਦ ਪੀਆਰ ਦੀ ਪਰਮਿਸ਼ਨ ਮਿਲੀ ਔਰ ਸਟੱਡੀ ਤੋਂ ਬਾਅਦ ਪੀਆਰ ਇੱਕ ਛੋਟਾ ਜਿਹਾ ਕੋਈ ਆਸਾਨ ਜੀ ਗੱਲ ਨਹੀਂ ਹੈ ਇੱਕ ਬਹੁਤ ਹੀ ਵੱਡਾ ਔਰ ਬਹੁਤ ਹੀ ਟਫ ਜਰਨੀ ਹੈ ਉਸ ਜਰਨੀ ਨੂੰ ਪਾਰ ਕਰਦੇ ਹੋਏ 5 ਤੋਂ 7 ਸਾਲ ਇੱਕ ਸਟੂਡੈਂਟ ਦੇ ਲੱਗ ਜਾਂਦੇ ਨੇ ਐਂਡ ਬਹੁਤ ਹੀ ਮਿਹਨਤ ਤੇ ਆਪਣੇ ਵੱਡੇ ਸਟਰਗਲ ਦੇ ਬਾਅਦ ਚ ਬੱਚੇ ਨੂੰ ਪੀਆਰ ਮਿਲਦੀ ਹੈ ਤਾਂ ਮੈਂ ਇੱਥੇ ਉਹਨਾਂ ਨੂੰ ਇਹ ਬਹੁਤ ਹੀ ਵੱਡੀ ਇੱਕ ਵਾਰਨਿੰਗ ਹੈ ਇੱਕ ਚੇਤਾਵਨੀ ਵਾਂਗੂ ਹੈ ਕਿ ਤੁਹਾਡੀ ਵਜ੍ਹਾ ਨਾਲ ਕਾਨੂੰਨ ਹੋਰ ਜ਼ਿਆਦਾ ਸਖਤ ਹੋ ਜਾਣਗੇ ਉਹ ਲੋਕਾਂ ਲਈ ਜੋ ਜੈਨੂਇਨ ਹੈ ਕਿਉਂਕਿ ਇੱਕ ਮੈਂ ਅੱਜ ਵੀਡੀਓ ਦੇਖੀ ਹੈ ਜਿਸ ਵਿੱਚ ਮੁੰਡਾ ਪੜਿਆ ਲਿਖਿਆ ਕੈਨੇਡਾ ਜਾ ਕੇ ਸਟੱਡੀ ਵੀਜ਼ੇ ਤੇ ਉਹਨੇ ਪੀਆਰ ਲਈ ਜੋ ਕਿ 5 ਸਾਲ ਦਾ ਟਾਈਮ ਲੱਗਦਾ ਹੈ ਅਨਪੰਨ ਸਾਲ ਦਾ ਸਟਰਗਲ ਦਾ ਟਾਈਮ ਲੱਗਦਾ ਹੈ ਪੀਆਰ ਲੈਣ ਤੋਂ ਬਾਅਦ ਚ ਆਪਣੇ ਹੀ ਰਿਸ਼ਤੇਦਾਰਾਂ ਦੇ ਵਿੱਚ ਉਹਨੇ ਮੈਰਿਜ ਕਰਵਾਈ ਜਿਸ ਕੁੜੀ ਨਾਲ ਔਰ ਜਿਸ ਕੁੜੀ ਨਾਲ ਮੈਰਿਜ ਕਰਵਾਈ ਉਹ ਕੁੜੀ ਦਾ ਕਿਸੇ ਹੋਰ ਨਾਲ ਅਫੇਅਰ ਸੀ ਔਰ ਕੁੜੀ ਨੇ ਸਿਰਫ ਕੈਨੇਡਾ ਪਹੁੰਚਣ ਲਈ ਕੈਨੇਡਾ ਦੀ ਪੀਆਰ ਲਈ ਹੀ ਮੈਰਿਜ ਕੀਤੀ ਤਾਂ ਕਿ ਉਹ ਕੈਨੇਡਾ ਲੈਂਡ ਹੋ ਸਕੇ ਪਰ ਉਹਨੇ ਉਸ ਪਵਿੱਤਰ ਫੇਰਿਆਂ ਦਾ ਵਿਆਹ ਦੇ ਉਸ ਬੰਧਨ ਦਾ ਵੀ ਮਜ਼ਾਕ ਉਡਾਇਆ ਔਰ ਰਿਜ਼ਲਟ ਇਹ ਹੋਇਆ ਕਿ ਕੁੜੀ ਮਾ ਮੁੰਡੇ ਦੇ ਮਾਪਿਆਂ ਨੂੰ ਦੱਸੇ ਬਿਨਾ ਹੀ ਵੀਜ਼ੇ ਦੀ ਇਨਫੋਰਮੇਸ਼ਨ ਦਿੱਤੇ ਬਿਨਾ ਹੀ ਕੈਨੇਡਾ ਲੈਂਡ ਹੋਈ ਔਰ ਉਸ ਮੁੰਡੇ ਕੋਲ ਚਲੀ ਗਈ ਜਿੰਨੂੰ ਉਹ ਲਾਈਕ ਕਰਦੀ ਸੀ ਔਰ ਉਹਦਾ ਰਿਜ਼ਲਟ ਕੀ ਹੋਇਆ ਜੋ ਮੁੰਡਾ ਉਹਨੂੰ ਵਿਆਹ ਕੇ ਲੈ ਗਿਆ ਸੀ ਉਹ 3 ਮਹੀਨੇ ਤੱਕ ਉਹਦਾ ਵੇਟ ਕਰਦਾ ਰਿਹਾ ਉਹਦੇ ਬਾਅਦ ਉਹਨੇ ਸੁਸਾਇਸਾਈਡ ਕਰ ਲਿਆ ਤਾਂ ਇਸ ਤੋਂ ਵੱਡੀ ਸਾਡੇ ਸੱਭਿਆਚਾਰ ਵਾਸਤੇ ਸਾਡੇ ਵਿਰਸੇ ਵਾਸਤੇ ਸਾਡੇ ਕੌਮ ਵਾਸਤੇ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਅਸੀਂ ਦੂਸਰੀ ਤਰਤੀ ਤੇ ਪੁੱਜਣ ਲਈ ਅਸੀਂ ਇਦਾਂ ਦੀਆਂ ਹਰਕਤਾਂ ਵੀ ਕਰ ਸਕਦੇ ਹਾਂ ਜੋ ਕਿ ਇਨਸਾਨੀਅਤ ਦੇ ਔਰ ਇਨਸਾਨ ਦੇ ਬਿਲਕੁਲ ਹੀ ਖਿਲਾਫ ਨੇ ਤਾ ਮੈਨੂੰ ਇਹ ਚੀਜ਼ ਬਿਲਕੁਲ ਕਲੀਅਰ ਨਜ਼ਰ ਆਉਂਦੀ ਏ ਕਿ ਜਿੱਦਾਂ ਇੰਗਲੈਂਡ ਦੇ ਵਿੱਚ ਪੰਜਾਬ ਦੇ ਪਾਸਪੋਰਟਸ ਨੂੰ ਬੈਨ ਕਰ ਦਿੱਤਾ ਗਿਆ ਸੀ ਸਟੱਡੀ ਵੀਜ਼ੇ ਲਈ ਵੀ ਫਿਊਚਰ ਹੋ ਸਕਦਾ ਹੈ ਕਿ ਇਦਾਂ ਦੇ ਬਹੁਤ ਸਾਰੀਆਂ ਹਰਕਤਾਂ ਹੋਣ ਕਿਉਂਕਿ ਇੱਥੇ ਹੁਣ ਜਿਆਦਾ ਤੋਂ ਜਿਆਦਾ ਕੇਸਸ ਉਹ ਸਾਹਮਣੇ ਆ ਰਹੇ ਨੇ ਜੋ ਕੇਸਸ ਮੁੰਡੇ ਆਲੇ ਸਫਰ ਕਰ ਰਹੇ ਨੇ ਔਰ ਉਹ شریف ਲੋਕ ਸਫਰ ਕਰ ਰਹੇ ਨੇ ਜਿਨ੍ਹਾਂ ਦਾ ਮਕਸਦ ਹੈ ਬਾਹਰ ਪੁੱਜਣਾ ਔਰ ਉਹ ਪੁੱਜ ਵੀ ਨਹੀਂ پا ਰਹੇ ਔਰ ਇਹ ਸਾਰੇ ਹੀ ਜੋ ਸਿਨੈਰੀਓ ਸਾਹਮਣੇ ਆ ਰਿਹਾ ਇਸੇ ਲਈ ਆ ਰਿਹਾ ਹੈ ਕੁੜੀਆਂ ਦੇ ਵੱਲੋਂ ਵਿਸ਼ਵਾਸ ਘਾਤ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਕਿ ਅਗਰ ਤੁਹਾਡੀ ਕੁੜੀ ਪੜ੍ਹੀ ਲਿਖੀ ਹੈ ਤਾਂ ਤੁਸੀਂ ਉਹਨੂੰ ਐਜੂਕੇਸ਼ਨ ਲੂਣ ਲੈ ਕੇ ਭੇਜ ਦਿਓ ਬਾਹਰ ਕਰਜ਼ਾ ਚੱਕ ਕੇ ਭੇਜ ਦਿਓ ਪਰ ਇਦਾਂ ਦੀ ਹਰਕਤ ਤੇ ਨਾ ਕਰੋ ਕਿ ਆਪਣੀ ਤੀ ਜਿਹਨੂੰ ਤੁਸੀਂ ਆਪਣੇ ਘਰ ਦੀ ਅਣਖ ਕਹਿੰਦੇ ਹੋ ਆਪਣੇ ਘਰ ਦੀ ਇੱਜ਼ਤ ਕਹਿੰਦੇ ਹੋ ਉਹਨੂੰ ਕਿਸੇ ਦੇ ਨਾਲ ਤੁਸੀਂ ਸੌਦਾ ਕਰਕੇ ਭੇਜ ਰਹੇ ਹੋ ਉਹਦਾ ਵਿਆਹ ਕਿਸੇ ਨਾਲ ਹੁੰਦਾ ਹੈ ਪੀਆਰ ਦੇ ਬਾਅਦ ਡਿਵੋਰਸ ਕਰਕੇ ਦੁਬਾਰਾ ਵਿਆਹ ਕਰਦੇ ਹੋ ਇੱਕ ਇਨਸਾਨੀਅਤ ਦੇ ਨਾਤੇ ਬਹੁਤ ਹੀ ਗਲਤ ਚੀਜ਼ ਹੈ ਅਸੀਂ ਉਹ ਕੰਟਰੀਆਂ ਦੇ ਕਾਨੂੰਨ ਨੂੰ ਧੋਖਾ ਦੇ ਰਹੇ ਹਾਂ ਜੋ ਸਾਨੂੰ ਸ਼ਰਨ ਦਿੰਦੀਆਂ ਨੇ ਜੋ ਸਾਨੂੰ ਜ਼ਿੰਦਗੀ ਦਿੰਦੀਆਂ ਨੇ ਸਾਨੂੰ ਅੱਛੀ ਲਾਈਫ ਸਟਾਈਲ ਦਿੰਦੀਆਂ ਨੇ ਤਾ ਸਾਡਾ ਸੱਭਿਆਚਾਰ ਵੀ ਸਮਝ ਆਂਦਾ ਹੈ ਕਿ ਅਸੀਂ ਕਿੰਨੇ ਧੋਖੇ ਬਾਝਾਂ ਔਰ ਸਾਡੇ ਧੋਖੇ ਦੀ ਜੜਾਂ ਕਿੰਨੀਆਂ ਮਜ਼ਬੂਤ ਨੇ ਇਸ ਚੀਜ਼ ਦੇ ਸਾਹਮਣੇ ਸਾਹਮਣੇ ਰਿਜ਼ਲਟ ਆ ਰਿਹਾ ਹੈ ਔਰ ਉੱਥੇ ਜਾਣ ਦੇ ਬਾਅਦ ਚ ਜੋ ਲੋਕ 10 15 ਸਾਲ ਜ਼ਿੰਦਗੀ ਦਾ ਨਾਰਮਲ ਟਾਈਮ ਹੈ ਅਗਰ ਅਸੀਂ ਆਪਣੀ ਕੰਟਰੀ ਨੂੰ ਛੱਡ ਕੇ ਵੈਸਟਰਨ ਕੰਟਰੀ ਸੈਟਲ ਹੋਣੇ ਆ ਜੋ ਲੋਕਾਂ ਨੂੰ ਬਿਜ਼ਨਸ ਜਾਂਦੇ ਚੱਲ ਜਾਂਦੇ ਉਹਨਾਂ ਦੀ ਗੱਲ ਨਹੀਂ ਕਰ ਰਹੀ ਜੋ ਕੰਮ ਕਰਕੇ ਇਸ ਜੌਬ ਕਰਕੇ ਕਾਮਯਾਬ ਹੁੰਦੇ ਨੇ ਤਾਂ ਉਹਨਾਂ ਦੀ ਜ਼ਿੰਦਗੀ ਦੇ 10 ਸਾਲ ਔਰ 15 ਸਾਲ ਲੱਗਦੇ ਨੇ ਆਰਾਮ ਨਾਲ ਸੈਟਲ ਹੋਣ ਲਈ ਤਾਂ ਅਸੀਂ ਉਹ ਜਿੰਦੜੀਆਂ ਨੂੰ ਵੀ ਜੋ ਸੁਸਾਇਡ ਕਰ ਲੈਂਦੇ ਨੇ ਐ ਇਦਾਂ ਦਾ ਕੋਈ ਪਹਿਲਾ ਕੇਸ ਨਹੀਂ ਹੈ ਜਿਹੜੀਆਂ ਕੁੜੀਆਂ ਵਿਆਹ ਕਰਾ ਕੇ ਲੈਂਡਿੰਗ ਕੈਨੇਡਾ ਚ ਹੁੰਦੀਆਂ ਨੇ ਪਰ ਮੁੰਡਿਆਂ ਕੋਲ ਨਹੀਂ ਜਾਂਦੀਆਂ ਜੋ ਉਹਨਾਂ ਨੂੰ ਮੰਗਾਂਦੇ ਨੇ ਤਾਂ ਐਕਚੁਅਲੀ ਤਾਂ ਕਾਨੂੰਨ ਇਹ ਵੀ ਹੈ ਕਿ ਉਹ ਵੀਜ਼ਾ ਆਪਣੇ ਆਪ ਨੂੰ ਸੁਸਾਇਡ ਕਰਨ ਦੀ ਬਜਾਏ ਉਹ ਵੀਜ਼ਾ ਰੱਦ ਵੀ ਕਰ ਸਕਦੇ ਨੇ ਇੰਗਲੈਂਡ ਦੇ ਵਿੱਚ ਮੈਂ ਇਦਾਂ ਦੇ ਬਹੁਤ ਕੇਸ ਦੇਖੇ ਨੇ ਜਿਨ੍ਹਾਂ ਦੀ ਬੰਦੀ ਨਹੀਂ ਹੈ ਔਰ ਵੀਜ਼ੇ ਰੱਦ ਕਰਕੇ ਉਹਨਾਂ ਨੂੰ ਇੰਡੀਆ ਵਾਪਸ ਭੇਜਿਆ ਜਾਂਦਾ ਹੈ ਤਾਂ ਅਗਰ ਇਹ ਸੌਦਾਗਰੀ ਅਗਰ ਇਹ ਵਿੱਚ ਨਾ ਹੋਵੇ ਪੈਸੇ ਦਾ ਲੈਣ-ਦੇਣ ਵਿਆਹਾਂ ਚ ਤਾਂ ਕੁਝ ਵੀ ਹੋ ਸਕਦਾ ਹੈ ਜਿੰਦੜੀਆਂ ਬਹੁਤ ਹੀ ਕੀਮਤੀ ਹੁੰਦੀਆਂ ਨੇ ਔਰ ਮੈਨੂੰ ਬਹੁਤ ਅਫਸੋਸ ਹੁੰਦਾ ਜਦੋਂ ਆਪਣੇ ਵਿਰਸਾ ਆਪਣੀ ਪਾਸ਼ਾ ਬੋਲਣ ਵਾਲੇ ਲੋਕ ਇਦਾਂ ਦੇ ਲੁੱਟ ਪਾਟ ਕਰਦੇ ਨੇ ਮੈਨੂੰ ਬਹੁਤ ਹੀ ਦੁੱਖ ਹੁੰਦਾ ਹੈ ਜਦੋਂ ਮੁੰਡਿਆਂ ਕੋਲ ਬਚਣ ਲਈ ਹਿੰਦੁਸਤਾਨ ਦੀ ਧਰਤੀ ਤੇ ਲੱਖਾਂ ਕਾਨੂੰਨ ਨੇ ਪਰ ਕੁੜੀਆਂ ਕੋਲ ਬਚਣ ਲਈ ਮੁੰਡਿਆਂ ਲਈ ਕੀ ਕਾਨੂੰਨ ਨੇ ਤਾਂ ਇਹ ਕਾਨੂੰਨ ਵੀ ਹੋਰ ਸਖਤ ਕੀਤੇ ਜਾਣੇ ਚਾਹੀਦੇ ਨੇ ਇਹ ਉਹਨਾਂ ਲਈ ਸਖਤ ਕੀਤੇ ਜਾਣੇ ਚਾਹੀਦੇ ਨੇ ਜੋ ਧੋਖੇ ਦੇ ਸ਼ਿਕਾਰ ਕਰ ਰਹੀਆਂ ਨੇ ਕੁੜੀਆਂ ਮੈਂ ਇੱਕ ਔਰਤ ਹੋ ਕੇ ਅੱਜ ਤੱਕ ਮੈਂ ਕਦੀ ਕੁੜੀਆਂ ਦੇ ਖਿਲਾਫ ਨਹੀਂ ਬੋਲੀ ਹਮੇਸ਼ਾ ਔਰਤ ਦੇ ਪ੍ਰੋਟੈਕਸ਼ਨ ਲਈ ਮੈਂ ਖੜੀ ਹੋਈ ਆ ਲੜਾਈ ਕੀਤੀ ਹੈ ਪਰ ਇੱਥੇ ਅੱਜ ਮੈਨੂੰ ਹੀ ਸ਼ਰਮ ਆ ਰਹੀ ਹੈ ਕਿ ਕੁੜੀਆਂ ਕੀ ਕਰ ਰਹੀਆਂ ਨੇ ਕਿ ਤੁਹਾਨੂੰ ਲੋਨ ਨਹੀਂ ਮਿਲਦੇ ਕਿ ਤੁਸੀਂ ਕਰਜ਼ਾ ਚੱਕ ਕੇ ਨਹੀਂ ਜਾ ਸਕਦੀਆਂ ਕਿਉਂਕਿ ਇੱਕ ਚੀਜ਼ ਬਿਲਕੁਲ ਸਾਫ਼ ਹੈ ਕਿ ਜਿਹੜੀ ਕੁੜੀ ਪੜਨ ਲਈ ਜਾਂਦੀ ਹੈ ਅਗਰ ਉਹ ਫਿਜ਼ੀਕਲੀ ਫਿਟ ਨਹੀਂ ਹੈ ਤਾਂ ਸਟੱਡੀ ਦੇ ਨਾਲ ਸਿਰਫ 20 ਘੰਟੇ ਦੀ ਪਰਮਿਸ਼ਨ ਮਿਲਦੀ ਹੈ ਜਿਸ ਵਿੱਚ ਸਿਰਫ 300-400 ਡਾਲਰ ਹੀ ਬਣਦਾ ਹੈ ਕੈਨੇਡਾ ਦੇ ਵਿੱਚ ਐਂਡ ਉਸ ਤੋਂ ਜ਼ਿਆਦਾ ਓਵਰਟਾਈਮ ਕਰਨ ਨਾਲ ਜਾਂ ਫਿਰ ਕਾਲਜ ਬੰਕਰ ਕੇ ਜ਼ਿਆਦਾ ਕੰਮ ਕਰਨ ਨਾਲ ਹੀ ਉਹਨਾਂ ਦਾ ਪੈਸਾ ਬਣਦਾ ਹੈ ਤਾਂ ਮਾਪੇ ਵੀ ਉਹ ਚੀਜ਼ ਨੂੰ ਸੋਚੋ ਅਗਰ ਤੁਸੀਂ ਫੀਸ ਅਫੋਰਡ ਨਹੀਂ ਕਰ ਸਕਦੇ ਤਾਂ ਤੁਸੀਂ ਨਾ ਭੇਜੋ ਆਪਣੀ ਕੁੜੀਆਂ ਨੂੰ ਅਗਰ ਭੇਜਣਾ ਹੈ ਤਾਂ ਪੱਕੇ ਵਿਆਹ ਕਰਕੇ ਭੇਜੋ ਔਰ ਇਦਾਂ ਦੀ ਕੋਈ ਤੁਸੀਂ ਗੱਲ ਕਰਕੇ ਭੇਜੋ ਕਿ ਛੱਡਾ ਚੜਾਈ ਨਾ ਹੋਵੇ ਕਿਉਂਕਿ ਅਸੀਂ ਧੂੜ ਪਾਵਾਂਗੇ ਬਗਾਨੀ ਗਵਰਨਮੈਂਟ ਦੀ ਨਜ਼ਰਾਂ 'ਚ ਤਾਂ ਉਹ ਗਵਰਨਮੈਂਟ ਬਹੁਤ ਐਕਸਪਰਟ ਹੈ ਉਹਦੀ ਵਜ੍ਹਾ ਨਾਲ ਬਾਕੀ ਦੇ ਲੋਕ ਜਿਹੜੇ ਸੱਚੇ ਨਹੀਂ ਸੱਚਮੁੱਚ ਰਿਸ਼ਤੇਸ਼ ਨੇ ਉਹਨਾਂ ਨੂੰ ਪ੍ਰੋਬਲਮ ਬਹੁਤ ਹੋ ਰਹੀ ਹੈ ਇਹ ਜਿਹੜੇ ਸੌਦੇਬਾਜ਼ੀ ਦੇ ਰਿਸ਼ਤੇ ਨੇ ਮੈਂ ਤਾਂ ਚਾਹਨੀ ਆ ਕਿ ਪਰਮਾਤਮਾ ਅੱਗੇ ਹੀ ਅਰਦਾਸ ਕਰ ਸਕਦੀਆਂ ਕਿਉਂਕਿ ਬਾਹਰ ਜਾਣ ਦਾ ਜੋ ਚਾਹ ਹੈ ਬਾਹਰ ਜਾਣ ਦਾ ਜੋ ਭੁੱਖ ਹੈ ਉਹ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਫੇਰੇ ਲੈ ਕੇ ਵੀ ਕੋਰਟ ਵਿੱਚ ਵੀ ਮੈਰਿਜ ਕਰਕੇ ਸਿਰਫ ਬਾਹਰ ਪੁੱਜਣ ਵਾਸਤੇ ਵਿਆਹ ਹੋ ਰਹੇ ਨੇ ਤਾਂ ਮੈਨੂੰ ਹੁਣ ਇਹ ਗੱਲ ਅਸੀਂ ਕਿੱਦਾਂ ਕਰੀਏ ਹੁਣ ਤਾਂ ਗੱਲ ਕਰਦੇ ਵਰੀ ਵੀ ਸ਼ਰਮ ਆਂਦੀ ਹੈ ਕਿ ਅਸੀਂ ਕਿਹੜੇ ਮੂੰਹ ਨਾਲ ਲਲਕਾਰੀਏ ਆਦਮੀਆਂ ਨੂੰ ਕਿ ਤੁਸੀਂ ਸਾਡੇ ਨਾਲ ਗਲਤ ਕਰ ਰਹੇ ਹੋ ਜਿੱਥੇ ਔਰਤ ਵੀ ਗਲਤ ਕਰ ਰਹੀ ਹੈ ਔਰਤ ਹੁਣ ਅਵਲਾ ਅਬਲਾ ਨਹੀਂ ਹੈ ਅਵਲ ਹੋ ਚੁੱਕੀ ਹੈ ਔਰ ਕ੍ਰਾਈਮ ਕਰਨ ਚੁਈ ਐਕਸਪਰਟ ਹੋ ਚੁੱਕੀ ਹੈ ਤਾਂ ਇਸ ਚੀਜ਼ 'ਚ ਮੈਨੂੰ ਬਹੁਤ ਅਫਸੋਸ ਹੈ ਔਰ ਮੈਨੂੰ ਬਹੁਤ ਹਮਦਰਦੀ ਹੈ ਉਹ ਮਾਪਿਓ ਨਾਲ ਜਿਨ੍ਹਾਂ ਦੇ ਮੁੰਡੇ ਉਹਨਾਂ ਦੇ ਹੱਥੂ ਚਲੇ ਗਏ ਇਦਾਂ ਦੇ ਬਹੁਤ ਸਾਰੇ ਵੀਡੀਓਜ਼ ਮੈਂ ਪਹਿਲੇ ਵੀ ਬਣਾਏ ਨੇ ਕਿੱਕ ਬੰਦੇ ਨਾਲ ਗੱਲ ਕਰਕੇ ਕਿ ਇਹ ਚੀਜ਼ਾਂ ਬੰਦ ਕਰ ਦਿਓ ਔਰ ਮੈਂ ਇੱਥੇ ਮੁੰਡੇ ਵਾਲਿਆਂ ਨੂੰ ਇੱਕ ਬੇਨਤੀ ਕਰਦੀ ਆ ਕਿ ਪੈਸੇ ਦੇ ਕੇ ਤੁਸੀਂ ਆਪਣੇ ਮੁੰਡੇ ਨੂੰ ਬਾਹਰ ਪੁੱਜਣ ਲਈ ਨਾ ਪਹਚਾਵੋ ਨਾ ਵੇਚੋ ਆਪਣੇ ਮੁੰਡੇ ਨੂੰ ਮਤਲਬ ਕਿ ਤੁਸੀਂ ਵੇਚਣ ਦੀ ਗੱਲ ਨਹੀਂ ਤੁਸੀਂ ਪੈਸੇ ਵੀ ਰੱਖ ਰਹੇ ਹੋ ਜਿੱਦਾਂ ਪਤਾ ਨਹੀਂ ਕੋਈ ਬਕਾਰ ਜੀ ਚੀਜ਼ ਹੁੰਦੀ ਹੈ ਕਿ ਤੁਹਾਨੂੰ ਰੋਟੀ ਪਾਣੀ ਨਹੀਂ ਜੁੜ ਰਿਹਾ ਕੈਨੇਡਾ ਦੀ ਧਰਤੀ ਤੇ ਜਾਣ ਲਈ ਤੁਸੀਂ 40 ਲੱਖ ਤੱਕ ਲਗਾ ਰਹੇ ਹੋ ਫੇਕ ਵਿਆਹ ਲਈ ਫਿਰ ਤੁਸੀਂ ਇਹ ਚੀਜ਼ ਹਾਲੇ ਵੀ ਕਿਉਂ ਨਹੀਂ ਸਮਝ ਰਹੇ ਕਿ ਜਿਹੜੀ ਕੁੜੀ 18 ਸਾਲ ਦੀ ਬਾਹਰ ਚਲੀ ਜਾਏਗੀ ਜਾਂ 20 ਸਾਲ ਦੀ ਬਾਹਰ ਚਲੀ ਜਾਏਗੀ ਉੱਥੇ ਜਾ ਕੇ ਤੁਹਾਡੇ ਮੁੰਡੇ ਨੂੰ ਕਿਉਂ ਬੁਲਾਏਗੇ ਉਹ ਉਹਨੂੰ ਕੋਈ ਹੋਰ ਚੰਗਾ ਲੱਗੇਗਾ ਉੱਥੇ ਦਾ ਸਿਸਟਮ ਬਿਲਕੁਲ ਅਲੱਗ ਹੈ ਕਿ ਉਹ ਇੰਡੀਅਨ ਮੁੰਡਿਆਂ ਨੂੰ ਲਾਈਕ ਹੀ ਨਹੀਂ ਕਰਦੀਆਂ ਕੁੜੀਆਂ ਉਹਨਾਂ ਨੂੰ ਹੀ ਲਾਈਕ ਕਰਦੀਆਂ ਨੇ ਜੋ ਆਲਰੇਡੀ ਉੱਥੇ ਅਵੇਲੇਬਲ ਨੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਨਾਲ ਉਹਨਾਂ ਨੂੰ ਸਮਝਦੇ ਨੇ ਜੋ ਪੰਜਾਬ ਦਾ ਸਿਸਟਮ ਹੈ ਜੋ ਪੰਜਾਬ ਦਾ ਕਲਚਰ ਹੈ ਉਹ ਕੈਨੇਡਾ ਚ ਕਿਦਾਂ ਐਪਲਾਈ ਹੋਏਗਾ ਉਸ ਚੀਜ਼ ਤੋਂ ਵੀ ਉਹ ਡਰਦੀਆਂ ਨੇ ਪਰ ਉਹ ਮਾਂ-ਬਾਪ ਦਾ ਵਿਰੋਧ ਨਹੀਂ ਕਰ ਸਕਦੀਆਂ ਔਰ ਉਹਨਾਂ ਨੇ ਵੀ ਬਾਹਰ ਜਾ ਕੇ ਸੈਟਲ ਹੋਣਾ ਹੈ ਔਰ ਉਹ ਸੈਟਲਮੈਂਟ ਦੇ ਚੱਕਰ ਚ ਹਰ ਇੱਕ ਹੱਦ ਨੂੰ ਕਰਾਸ ਕਰ ਰਹੀਆਂ ਨੇ ਔਰ ਮੈਨੂੰ ਇਹ ਚੀਜ਼ ਕਹਿਣ ਦੀ ਵੀ ਜ਼ਰੂਰਤ ਨਹੀਂ ਹੈ ਆਪਣੇ ਆਪ ਹੀ ਸਖਤਾਈ ਪਹਿਲਾਂ ਹੀ ਬਹੁਤ ਹੋ ਚੁੱਕੀ ਹੈ ਥੋੜੀ ਹੋਰ ਹੋ ਜਾਏਗੀ ਹੁਣ ਤਾਂ ਗਵਰਨਮੈਂਟ ਜਿਹੜੀ ਹੈ ਥੋੜੀ ਜੀ ਸਪੋਰਟਿਵ ਹੈ ਪੰਜਾਬੀਆਂ ਦੇ ਨਾਲ ਤਾਂ ਥੋੜੇ ਜਿਹਾ ਜ਼ਿਆਦਾ ਸ਼ਾਮਿਲ ਹੋਈ ਹੈ ਤੁਸੀਂ ਪੱਕੇ ਵਿਆਹ ਕਰਕੇ ਵੀ ਜਾ ਸਕਦੇ ਹੋ ਅੱਜ ਔਰਤ ਨੇ ਧੋਖਾ ਦੇਣਾ ਸ਼ੁਰੂ ਕਰਤਾ ਹੈ ਆਦਮੀ ਨੂੰ ਔਰ ਪਹਿਲਾਂ ਆਦਮੀ ਨੇ ਔਰਤ ਨੂੰ ਬਹੁਤ ਤੰਗ ਕੀਤਾ ਅੱਜ ਔਰਤ ਆਦਮੀ ਨੂੰ ਤੰਗ ਕਰ ਰਹੀ ਹੈ ਤਾਂ ਇਹ ਵੀ ਪਲਟੇਗਾ ਤਾਂ ਮੈਨੂੰ ਤਾਂ ਲੱਗਦਾ ਹੀ ਨਹੀਂ ਹੈ ਕਿ ਕੋਈ ਰਿਸ਼ਤਾ ਬਚੇਗਾ ਕਿਉਂਕਿ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਦੋ ਹੀ ਰਿਸ਼ਤੇ ਨੇ ਇੱਕ ਮਾਂ ਦਾ ਔਰ ਬੱਚੇ ਦਾ ਰਿਸ਼ਤਾ ਇੱਕ ਪਤੀ ਦਾ ਪਤਨੀ ਦਾ ਇਹ ਰਿਲੇਸ਼ਨਸ਼ਿਪ ਦਾ ਰਿਸ਼ਤਾ ਜੋ ਕਿ ਸਿਵਲ ਪਾਰਟਨਰ ਹੁੰਦੇ ਨੇ ਇਹ ਰਿਲੇਸ਼ਨਸ਼ਿਪ ਚ ਹੁੰਦੇ ਨੇ ਵੈਸਟਰਨ ਕੰਟਰੀਆਂ ਚ ਉਹਨਾਂ ਨੂੰ ਦਿੱਤਾ ਜਾਂਦਾ ਸੀ ਮੈਨੂੰ ਬਹੁਤ ਹੀ ਸ਼ਰਮ ਆ ਰਹੀ ਏ ਇਹ ਵੀਡੀਓ ਬਣਾਉਂਦੀ ਵਰੀ ਵੀ ਔਰ ਮੈਂ ਵੀਡੀਓ ਬਣਾਉਂਦੇ ਵੀ ਮੇਰਾ ਮਨ ਨਹੀਂ ਕਰਦਾ ਕਿ ਕਿੱਥੇ ਤੋਂ ਕਿੱਥੇ ਪੁੱਜ ਗਏ ਆ ਪੰਜਾਬੀ ਕਦੀ ਤਾਂ ਇਹ ਗੱਲਾਂ ਸੀਗੀਆਂ ਕਿ ਭੈਣ ਨੇ ਭਰਾ ਨਾਲ ਵਿਆਹ ਕਰਾ ਕੇ ਉਹਨੂੰ ਨਾਲ ਲੈ ਗਈ ਪਰ